ਕਿਰਿਆਨੇ ਦੀ ਦੁਕਾਨ ਤੇ ਮਾਲਕ ਨੇ ਰੱਖਿਆ ਇੱਕ ਵੱਖਰਾ ਸ਼ੌਕ। ਦੂਰ ਦੂਰ ਤੋਂ ਲੋਕ ਆਉਂਦੇ ਹਨ ਵੇਖਣ ਉਸਦੀ ਕਲਾਕਾਰੀ ਜੀ। ਛੋਟੀਆਂ ਆਕਾਰ ਦੀਆਂ ਹੱਥ ਲਿਖਤ ਕਿਤਾਬਾਂ ਤਿਆਰ ਕਰਨ ਵਾਲੇ ਜੁਗਲ ਕਿਸ਼ੋਰ ਦੇ ਚਰਚੇ ਹਨ ਸਰਕਾਰੀ ਅਫਸਰਾਂ 'ਚ। ਬਟਾਲਾ ਦਾ ਰਹਿਣ ਵਾਲਾ ਕਿਰਿਆਨੇ ਦੁਕਾਨ ਦਾ ਮਾਲਕ ਜੁਗਲ ਕਿਸ਼ੋਰ ਨੇ ਇੱਕ ਵੱਖਰਾ ਹੀ ਸ਼ੌਕ ਪਾਲ ਕੇ ਰੱਖਿਆ ਗਾ, ਆਪਣੀ ਇੱਕ ਵੱਖਰੀ ਪਛਾਣ ਬਣਾ ਲਈ ਹੈ ਅਤੇ ਇਸ ਸ਼ੌਕ ਦੇ ਕਾਰਨ ਹੀ ਕਿਸ਼ੋਰ ਜੁਗਲ ਕਿਸ਼ੋਰ ਨੂੰ ਬਹੁਤ ਵਾਰ ਸਨਮਾਨਿਤ ਵੀ ਕੀਤਾ ਗਿਆ ਗਾ। ਜੁਗਲ ਕਿਸ਼ੋਰ ਜੋ ਕਈ ਸਾਲਾਂ ਤੋਂ ਮਿਹਨਤ ਕਰ ਰਿਹਾ ਹੈ, ਜੁਗਲ ਕਿਸ਼ੋਰ ਬਹੁਤ ਹੀ ਛੋਟੇ ਆਕਾਰ ਦੀਆਂ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ, ਜਿਨ੍ਹਾਂ 'ਚ ਮੁੱਖ ਤੌਰ 'ਤੇ ਭਾਰਤ ਦੇਸ਼ ਅਤੇ ਪੰਜਾਬ ਦੇ ਸੂਬੇ ਦੀ ਰਾਜਨੀਤੀ ਅਤੇ ਰਾਜਨੀਤਿਕ ਲੋਕਾਂ ਦੇ ਇਤਿਹਾਸ ਬਾਰੇ ਜਾਣਕਾਰੀਆਂ ਹਨ। ਕੀ ਕਹਿਣਾ ਆ ਜੁਗਲ ਕਿਸ਼ੋਰ ਕਿਰਿਆਨੇ ਦੁਕਾਨ ਦੇ ਮਾਲਕ ਦਾ, ਆਓ ਤੁਹਾਨੂੰ ਦੱਸਦੇ ਹਾਂ। ਨਾਜ਼ਰਨਾ ਤੁਹਾਨੂੰ ਤਸਵੀਰਾਂ ਦਿਖਾਉਂਦੇ ਹੋ ਨਿੱਕੀ ਨਿੱਕੀ ਕਿਤਾਬਾਂ ਦੀਆਂ, ਜਿਨ੍ਹਾਂ ਨੂੰ ਜੁਗਲ ਕਿਸ਼ੋਰ ਜਿਹੜਾ ਹੈਗਾ ਪਿਛਲੇ ਲੰਬੇ ਸਮੇਂ ਤੋਂ ਬਣਾ ਰਿਹਾ ਹੈਗਾ, ਚਰਚਾ ਦਾ ਵਿਸ਼ਾ ਪੂਰੇ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ। ਇਹ ਟਾਈਮ ਤੋਂ ਹੀ ਕੋਈ ਇਲਾਦਾ ਕਰਨ ਦਾ ਸ਼ੌਂਕ ਸੀ, ਕੋਈ ਇਲਾਦਾ ਕਰਨਾ ਵਾ ਅਤੇ ਇਸੇ ਵਿੱਚ ਕੋਈ ਨਾ ਕੋਈ ਵੱਖਰਾ ਕਰਨ ਦੀ ਸੋਚ ਅਤੇ ਇਹ ਵਜਦੇ ਵਿੱਚ ਇਹਨੂੰ ਲਿਆ। ਇਹ ਜਨਰਲ ਸਟੋਰ ਜੇ ਕਰਿਆਨੇ ਦੀ ਤਕਰੀਬਨ ਜੋ ਵੀ ਮਹੱਲੇ ਦੀਆਂ ਜੋ ਵੀ ਜ਼ਰੂਰੀ ਚੀਜ਼ਾਂ ਹੁੰਦੀਆਂ, ਲੇਕਿਨ ਇਹ ਇੱਦਾਂ ਹੀ ਬਚਪਨ ਤੋਂ ਹੀ ਸ਼ੌਂਕ ਸੀ ਕੋਈ ਇਲਾਦਾ ਕਰਨਾ। ਇੱਦਾਂ ਹੀ ਘੁੰਮਣ ਫਿਰਨ ਗਏ ਸੀ ਚੰਡੀਗੜ੍ਹ, ਉੱਥੇ ਨੇਕ ਚੰਦ ਜੀ ਨੂੰ ਮਿਲੇ ਅਤੇ ਉੱਥੋਂ ਹੀ ਕੋਈ ਲਾਲ ਸਾਲ ਲਈ ਵੱਖਰਾ ਕੋਈ ਕਰਨਾ। ਕਿਉਂਕਿ ਨੇਕ ਚੰਦ ਜੀ ਵੀ ਰੌਕ ਗਾਰਡਨ ਬਣਾਇਆ ਉਹਨਾਂ, ਕੀ ਹੈਗਾ ਇਹਦੇ ਵਿੱਚ? ਇਹਦਾ ਲਾਇਦਾ ਇਹ ਸੀ ਕਿ ਮੈਨੂੰ ਅਖਬਾਰਾਂ ਅਖਬਾਰਾਂ ਪੜ੍ਹਨ ਦਾ ਬੜਾ ਸ਼ੌਂਕ ਸੀ ਅਤੇ ਇੱਦਾਂ ਹੀ ਫਿਰ ਮੇਰੇ ਕੋਲ ਅਖਬਾਰਾਂ ਪਈਆਂ ਹੁੰਦੀਆਂ ਸੀ, ਵੇਸ ਵੂਸ ਜਿਹੜੀ ਰੱਦੀ ਰੁੱਦੀ ਪਈ ਹੁੰਦੀ ਸੀ, ਉਹਨਾਂ ਦੇ ਵਿੱਚ ਸਾਂਭੀ ਜਾਣਾ ਕਰਨੇ, ਇਤਿਹਾਸ ਸਾਂਭੀ ਜਾਣੇ। ਅਤੇ ਜਦੋਂ ਚੰਡੀਗੜ੍ਹ ਗਏ ਅਤੇ ਉੱਥੋਂ ਲਾਇਦਾ ਅਸੀਂ ਮਨ ਦੇ ਵਿੱਚ ਇੱਛਾ ਬਣਾ ਲਈ ਕੋਈ ਨਾ ਕੋਈ ਵੱਖਰਾ ਕਰੀਏ ਅਤੇ ਇੱਦਾਂ ਹੀ ਰਾਜਨੀਤੀ ਦੇ ਉੱਤੇ ਹੀ ਲੈ ਕੇ ਅਤੇ ਛੋਟੀ ਛੋਟੀ ਕਿਤਾਬਾਂ ਬਣਾਉਣ ਲੱਗ ਪਏ। ਫੋਕਸ ਰਾਜਨੀਤੀ ਨੂੰ ਹੀ, ਪੋਲੀਟੀਕਲ ਨੂੰ ਛੋਟੇ ਛੋਟੀਆਂ ਕਰਕੇ ਵੱਡੇ ਵੱਡੇ ਜਿਹੜੇ ਇਤਿਹਾਸ ਵਾ ਉਹ ਵੀ ਛੋਟੇ ਕਰਕੇ ਪੇਸ਼ ਕੀਤੇ ਨੇ। ਕਿਸੇ ਵੇਲੇ ਕਿਤੇ ਜਾਈਦਾ ਇੱਕ ਡੱਬੀ ਦੇ ਵਿੱਚ ਸਾਰੀਆਂ ਚੀਜ਼ਾਂ ਪਈਆਂ ਹੁੰਦੀਆਂ ਅਤੇ ਸਾਰੀ ਰਾਜਨੀਤੀ ਦਾ ਇਤਿਹਾਸ ਹੀ ਸਮਝ ਲਓ ਡੱਬੀ ਦੇ ਵਿੱਚ ਹੀ ਪਾਇਆ ਹੁੰਦਾ। ਇਹ ਵੀ ਇੱਦਾਂ ਹੀ ਇੱਕ ਛੋਟਾ ਕਰਕੇ ਇੱਕ ਲਿਖਣਦਾ ਸੀ, ਇਹਦੇ ਵਿੱਚ ਜਿਸ ਤਰ੍ਹਾਂ ਜਦੋਂ ਕਿਤਾਬਾਂ 'ਚ ਪੜ੍ਹੇ ਲਿਖੇ ਅਤੇ ਉਹਨਾਂ ਦੇ ਛੋਟੇ ਕਰਕੇ ਲਿਖ ਦਿੱਤੇ, ਲੇਕਿਨ ਲਿਖਣਾ ਤਾਂ ਬਹੁਤ ਔਖਾ ਹੋਊਗਾ। ਹੁੰਦਾ ਤਾਂ ਲੋਕਾਂ ਹੀ, ਪਰ ਜਦੋਂ ਫੀਲਡ ਦੇ ਵਿੱਚ ਵੜ ਜਾਓ ਫਿਰ ਐਡਾ ਔਖਾ ਨਹੀਂ ਲੱਗਦਾ। ਜਦੋਂ ਕੋਈ ਵੀ ਕੰਮ ਕਰਨ ਲੱਗ ਪਈ ਪੜ੍ਹਨਾ ਔਖਾ ਲੱਗਦਾ ਪਿਆ, ਪੜ੍ਹਨਾ ਔਖਾ ਤਾਂ ਲੱਗਦਾ ਕਿ ਹੁਣ ਨਜ਼ਰਾਂ ਲੋਕਾਂ ਦੀਆਂ ਇੰਨਾ ਹੀ ਨੀਅਰ ਰਹੀਆਂ, ਟੈਲੀਫੋਨ ਵੇਖ ਵੂ ਕੇ ਚਲਾ ਕੇ ਜ਼ਿਆਦਾ ਨੇੜੇ ਦੀਆਂ ਨਜ਼ਰਾਂ ਲੋਕਾਂ ਨੇ ਘਟਾ ਲਈਆਂ। ਇਹ ਕੰਮ ਹੈ ਨੇੜਤਾ ਦਾ, ਛੋਟੇ ਤੋਂ ਛੋਟਾ ਜਿਹੜਾ ਉਹ 10 ਸੈਂਟੀਮੀਟਰ ਦੇ ਕਰੀਬ ਹੈ। ਵੱਡੀ ਕਿਤਾਬ ਵੀ ਹੈਗੀ ਤਾਂ ਤੁਹਾਡੇ ਕੋਲ ਕਿੰਨੀ ਹੋਊਗੀ ਵੱਧ ਤੋਂ ਵੱਧ? ਵੱਡੀ ਇਹੋ ਜਿਹੀ 3-4 ਇੰਚ ਦੀ ਵੱਧ ਤੋਂ ਵੱਧ, ਮਤਲਬ ਉਹਨੂੰ ਤੁਸੀਂ ਵੱਡੀ ਕਹਿੰਦੇ ਹੋ? ਹਾਂਜੀ ਹਾਂਜੀ। ਤੇ ਲੋਕ ਵੀ ਫਿਰ ਆਉਂਦੇ ਹੋਣਗੇ ਵੇਖਣ? ਨਹੀਂ ਹੁੰਦੇ ਜੇ ਕੋਈ ਖਾਸ, ਜਿਸ ਤਰ੍ਹਾਂ ਕੋਈ ਜੇ ਕਿਸੇ ਨੂੰ ਪਤਾ ਲੱਗਦਾ ਵਾ ਤੇ ਕਿਸੇ ਵੇਲੇ ਕੋਈ ਨਾ ਕੋਈ ਚਰਚਾ ਕਰਦਾ ਤੇ ਹੋਰ ਆਣ ਕੇ ਟਾਈਮ ਮੰਗਦੇ ਨੇ ਕਿ ਕੋਈ ਚਲੋ ਵੇਖੀਏ ਕਿ ਕੋਈ ਗੱਲਬਾਤ ਕਰਦੇ ਨੇ ਤੇ ਫਿਰ ਉਹਨਾਂ ਭਾਈ ਦੀ ਵੀ ਇੱਕ ਗੱਲ ਹੋਰ ਮੈਂ ਦੇਖਦਾ ਪਿਆ ਕਿ ਕਾਰਨ ਇਹੋ ਜਿਹਾ ਕਿ ਸਿਰਫ ਇਤਿਹਾਸ ਨੂੰ ਹੀ ਸਿਜਣ ਦੀ ਇੱਕ ਮਨ 'ਚ ਹੀ ਇੱਕ ਇਤਿਹਾਸ ਛੋਟੇ ਛੋਟੇ ਸਾਂਭੇਦੇ ਨੇ ਬਸ ਬਣਾ ਕੇ। ਗੱਲ ਪੰਜਾਬ ਹੀ ਪੰਜਾਬ ਸੂਬਾ ਬਣ ਗਿਆ ਅਤੇ ਜ਼ਿਆਦਾਤਰ ਫਿਰ ਸਾਰੇ ਮੁੱਖ ਮੰਤਰੀ ਸਿੱਖ ਹੀ, ਜਿਹੜੇ ਹਿੰਦੂ ਮੁੱਖ ਮੰਤਰੀ ਉਹਨਾਂ ਨੂੰ ਲੋਕ ਭੁੱਲ ਹੀ ਗਏ ਤਕਰੀਬਨ, ਅਤੇ ਨਾ ਉਹ ਆਪਣੀ ਹਿਸਟਰੀ ਦੇ ਵਿੱਚ ਲੋਕਾਂ ਨੇ ਯਾਦ ਰੱਖਿਆ ਉਹਨਾਂ ਨੂੰ। ਜਿੱਦਾਂ 3 ਮੁੱਖ ਮੰਤਰੀ ਭਾਵੇਂ ਚਲੋ ਪੰਜਾਬ ਦੇ ਟੋਟੇ ਹੋ ਗਏ ਅਤੇ ਵੱਖਰੇ ਹੋ ਗਏ, ਪੰਜਾਬ ਛੋਟਾ ਹੋ ਗਿਆ, ਅਤੇ ਪਰ ਇਹ ਹੈ ਕਿ ਇਹਦੇ ਵਿੱਚ ਸਾਰਾ ਹੀ 1947 ਤੋਂ ਲੈ ਕੇ ਸਾਰੇ ਹੀ ਦੱਸੇ ਗਏ ਨੇ। ਤੁਹਾਡੀ ਕਿਤਾਬ ਹਰ ਕੋਈ ਜਿਹੜੀ ਆ ਉਹ 47 ਤੋਂ ਬਾਅਦ ਦਾ ਇਤਿਹਾਸ ਨੂੰ, 1947 ਤੋਂ ਬਾਅਦ ਟੈਸਟ ਮਟੀਰੀਅਲ ਤੋਂ ਕੋਈ ਨਾ ਕੋਈ ਬਣਾਤਾ, ਕੋਈ ਨਾ ਕੋਈ ਆਪਣੀ ਐਕਟੀਵਿਟੀ ਕਰਦੇ ਰਹੀਦਾ। ਇਹ ਇੱਦਾਂ ਹੀ ਨਾ ਸੇਖੜੀ ਸਾਹਿਬ ਦੀ ਬਣਾਈ ਸੀ ਮੈਂ ਤਸਵੀਰ ਬਾਦਲ ਅਤੇ ਕੈਪਟਨ ਸਾਹਿਬ ਨਾਲ, ਉਹਨਾਂ ਨੂੰ ਮੈਂ ਵੀ ਨਹੀਂ ਗਿਫਟ ਕੀਤੀ, ਮਹੱਲੇ ਵਾਲਿਆਂ ਨੇ ਇੱਥੇ ਰੈਲੀ ਕੀਤੀ ਅਤੇ ਉਹਨਾਂ ਨੇ ਗਿਫਟ ਕਰ ਦਿੱਤੀ, ਅਤੇ ਉਹ ਉਹਨਾਂ ਨੇ ਬਾਅਦ 'ਚ ਮੇਰਾ ਐਗਜੀਬਿਸ਼ਨ 'ਚ ਨਾਂ ਲਿਖਾਏ ਅਤੇ ਉੱਥੋਂ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਨਾ ਮੈਨੂੰ ਪੁੱਛਣ ਲੱਗੇ ਕਿ ਕਿੰਨੀ ਕੁ ਦੇਰ ਬਾਅਦ ਕਿੱਦਾਂ ਧੋਣ ਦਾ ਸ਼ੌਂਕ ਹੈ, ਅਤੇ ਉਦੋਂ ਮੈਂ ਵਾਕਈ 13 ਸਾਲ ਬਾਅਦ ਪੇਂਟਿੰਗ ਨੂੰ ਕੀਤੀ, ਅਤੇ ਫਿਰ ਉਹਨਾਂ ਨੇ ਮੈਨੂੰ ਪ੍ਰੇਰਿਤ ਕੀਤਾ ਇਹਨੂੰ ਆਪਣੀ ਰਜੇਵੀ ਜ਼ਿੰਦਗੀ ਵਿੱਚੋਂ ਘੰਟਾ ਅੱਧਾ ਘੰਟਾ ਰੋਜ਼ਾਨਾ ਜ਼ਰੂਰ ਜਾਗਰੂਕ ਹੋਇਆ। ਚਲੋ ਇਸ ਗੱਲ ਨੂੰ ਲੈ ਕੇ ਫਿਰ ਕੋਈ ਨਾ ਕੋਈ ਐਕਟੀਵਿਟੀ ਕਰਦੇ ਰਹੀਦਾ।